ਸਤਿ ਸ਼੍ਰੀ ਅਕਾਲ ਜੀ। ਫੇਸਬੁੱਕ ਯੂਟਿਊਬ ਦੇ ਮਾਧਿਅਮ ਰਾਹੀਂ ਜੁੜੇ ਸਾਰੇ ਹੀ ਸਰੋਤਿਆਂ ਦਾ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀ। ਪਹਿਲਾ ਸੁਨੇਹਾ ਡਾਇਰੈਕਟ ਮੀਟ ਦਾ, ਅੱਜ ਲੁਧਿਆਣਾ ਬੈਠਾ ਸੀ ਜੀ ਸਾਰਾ ਦਿਨ। ਅਗਲਾ ਪ੍ਰੋਗਰਾਮ ਰੱਖਿਆ ਜੀ ਮੋਗਾ ਆਫਿਸ ਦਾ, ਤਰੀਕ ਅਤੇ ਦਿਨ ਨੋਟ ਕਰ ਲਓ ਜੀ। ਤਰੀਕ ਬਣਦੀ ਆ 20, ਦਿਨ ਬਣਦਾ ਜੀ ਸ਼ੁੱਕਰਵਾਰ, ਫਰਾਈਡੇ, ਕਮਿੰਗ ਫਰਾਈਡੇ 20th of September। ਮੋਗਾ ਬ੍ਰਾਂਚ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ, ਤੁਸੀਂ ਸਾਰੇ ਜਾਣਦੇ ਹੋ। ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਊਂਗਾ ਜੀ 1-to-1 ਕਾਊਂਸਲਿੰਗ ਦੇ ਥਰੂ। ਤੁਸੀਂ ਆਪਦੇ ਜ਼ਰੂਰੀ ਦਸਤਾਵੇਜ਼, ਜ਼ਰੂਰੀ ਡਾਕੂਮੈਂਟਸ ਜ਼ਰੂਰ ਨਾਲ ਕੈਰੀ ਕਰਨੇ ਆ। ਉਹਨਾਂ ਕੈਂਡੀਡੇਟਸ ਵਾਸਤੇ ਸਖਤ ਹਦਾਇਤ ਆ ਜੀ, ਜਿਹੜੇ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ ਜਾਂ ਓਪਨ ਵਰਕ ਪਰਮਿਟ ਅਪਲਾਈ ਕਰਨਾ ਚਾਹੁੰਦੇ ਹੋ, ਪਲੀਜ਼ ਆਪਦੀ ਐਕੂਰੇਟ ਇਨਫੋਰਮੇਸ਼ਨ ਨਾਲ ਕੈਰੀ ਕਰਨੀ ਆ, ਤਾਂ ਜੋ ਤੁਹਾਡੇ ਕੇਸ ਦੀ ਅਸੈਸਮੈਂਟ ਮੌਕੇ ਦੇ ਉੱਤੇ ਹੀ ਤਰੀਕੇ ਨਾਲ ਕਰ ਦਿੱਤੀ ਜਾਵੇ, ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਤਰੀਕੇ ਨਾਲ ਦੇ ਦਿੱਤੇ ਜਾਣ। ਕਿਉਂਕਿ ਅਸੈਸਮੈਂਟ ਦੇ ਲਈ ਤੁਹਾਡੇ ਡਾਕੂਮੈਂਟੇਸ਼ਨ ਅਤੇ ਤੁਹਾਡਾ ਜਿਹੜੇ ਬੱਚੇ ਓਪਨ ਵਰਕ ਪਰਮਿਟ ਵਾਲੇ ਨੇ ਉਹਨਾਂ ਦੇ ਸਪਾਊਸ ਦੀ ਐਕੂਰੇਟ ਇਨਫੋਰਮੇਸ਼ਨ, ਜਿਹਦੇ ਵਿੱਚ ਸਭ ਤੋਂ ਜ਼ਰੂਰੀ ਆ ਕਿਹੜੇ ਕਾਲਜ ਪੜ੍ਹ ਰਹੇ ਨੇ, ਕਿਹੜਾ ਕੋਰਸ ਆ ਉਹਨਾਂ ਕੋਲ, ਜੇ ਜੋਬ 'ਤੇ ਨੇ ਜਾਂ ਵਰਕ ਪਰਮਿਟ 'ਤੇ ਨੇ ਤਾਂ ਕਿਹੜੀ ਜੋਬ ਕਰਦੇ ਨੇ ਉਹ। ਇਹ ਸਾਰੀਆਂ ਇਨਫੋਰਮੇਸ਼ਨਸ ਨੂੰ ਪਲੀਜ਼ ਤੁਸੀਂ ਪਹਿਲਾਂ ਹੀ ਲਿਖਤੀ ਰੂਪ ਦੇ ਵਿੱਚ ਮੇਰੇ ਕੋਲ ਲੈ ਕੇ ਆਉਣਾ, ਤਾਂ ਜੋ ਤੁਹਾਡੇ ਕੇਸ ਦੀ ਅਸੈਸਮੈਂਟ ਨੂੰ ਮੈਂ ਤਰੀਕੇ ਨਾਲ ਕਰ ਲਵਾਂ। ਦੂਸਰਾ ਸੁਨੇਹਾ, ਤੁਹਾਡੇ ਸਾਰਿਆਂ ਨੂੰ ਇੱਕ ਹੱਥ ਬੰਨ ਕੇ ਗੁਜ਼ਾਰਿਸ਼ ਆ, ਜਿਹੜੇ ਸਟੂਡੈਂਟ ਜਾਂ ਜਿਹੜੇ ਕੈਂਡੀਡੇਟ ਆਇਲਸ ਦੀਆਂ ਜਾਂ ਸਟੂਡੈਂਟ ਵੀਜ਼ਾ ਜਾਂ ਓਪਨ ਵਰਕ ਪਰਮਿਟ ਵਿਜ਼ਿਟਰ ਵੀਜ਼ਾ ਯਾਨੀ ਇਮੀਗ੍ਰੇਸ਼ਨ ਨਾਲ ਸੰਬੰਧਿਤ ਕੋਈ ਵੀ ਸੇਵਾਵਾਂ ਨਾਭਾ ਸ਼ਹਿਰ 'ਚੋਂ ਲੈਣਾ ਚਾਹੁੰਦੇ ਹੋ ਤਾਂ ਇੱਕ ਖੁਸ਼ਖਬਰੀ ਆ, ਤੁਹਾਡੇ ਵਿਸ਼ਵਾਸ, ਤੁਹਾਡੇ ਸਾਥ ਸਦਕਾ ਅਸੀਂ ਆਪਦੀ ਓਪਨ ਕਰ ਚੁੱਕੇ ਹਾਂ ਨਵੀਂ ਲੋਕੇਸ਼ਨ ਨਾਭਾ ਦੇ ਵਿੱਚ। ਫੋਨ ਨੰਬਰ ਅਤੇ ਜਿਹੜਾ ਐਡਰੈਸ ਆ ਉਹ ਕੈਪਸ਼ਨ ਦੇ ਵਿੱਚ ਦੇ ਦੇਵਾਂਗੇ, ਪਲੀਜ਼ ਡੂ ਵਿਜ਼ਿਟ। ਕੋਈ ਵੀ ਸਰਵਿਸਿਜ਼, ਤੁਹਾਨੂੰ ਕਿਸੇ ਵੀ ਤਰੀਕੇ ਦੀਆਂ ਸਰਵਿਸਿਜ਼ ਦੀ ਜੋ ਜ਼ਰੂਰਤ ਆ, ਤੁਸੀਂ ਓਪਨ ਵਰਕ ਪਰਮਿਟ ਅਪਲਾਈ ਕਰਨਾ, ਸਟੂਡੈਂਟ ਵੀਜ਼ਾ ਅਪਲਾਈ ਕਰਨਾ, ਤੁਸੀਂ ਕੋਈ ਆਇਲਸ ਦੀ ਪ੍ਰੈਪਰੇਸ਼ਨ ਕਰਨੀ ਆ, ਤਾਂ ਤੁਹਾਡੇ ਸ਼ਹਿਰ ਦੇ ਵਿੱਚ ਅਸੀਂ ਨਾਭੇ ਸ਼ਹਿਰ ਦੇ ਵਿੱਚ ਆਪਦੀ ਲੋਕੇਸ਼ਨ ਓਪਨ ਕਰ ਦਿੱਤੀ ਆ। ਤੁਸੀਂ ਆਪਦਾ ਐਡਰੈਸ ਐਂਡ ਫੋਨ ਨੰਬਰ ਤੁਸੀਂ ਕੈਪਸ਼ਨ ਦੇ ਵਿੱਚੋਂ ਚੱਕ ਸਕਦੇ ਹੋ, ਨਾਭਾ ਸ਼ਹਿਰ। ਸੋ ਮੋਗੇ ਦੀ ਡਾਇਰੈਕਟ ਮੀਟ ਨੂੰ ਯਾਦ ਰੱਖਿਓ ਜੀ। ਮੋਗੇ ਦੀ ਡਾਇਰੈਕਟ ਮੀਟ ਆਪਾਂ 20 ਤਰੀਕ ਦੀ ਰੱਖੀ ਆ, ਦਿਨ ਸ਼ੁੱਕਰਵਾਰ 20 ਤਰੀਕ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ ਮੋਗਾ ਆਫਿਸ ਤੁਹਾਨੂੰ ਸਾਰਿਆਂ ਨੂੰ ਮਿਲੂੰਗਾ। ਹੁਣ ਕੁਝ ਸਕਸੈਸ ਸਟੋਰੀਜ਼ ਆ, ਅੱਜ ਕੁਝ ਪਾਸਪੋਰਟ ਰਿਸੀਵ ਕੀਤੇ ਆ, ਉਹ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆਂ। ਓਪਨ ਵਰਕ ਪਰਮਿਟ ਵਾਲੇ ਕੈਂਡੀਡੇਟ ਪਲੀਜ਼ ਗੌਰ ਫਰਮਾਉਣ, ਜਿਨ੍ਹਾਂ ਦੇ ਸਪਾਊਸ ਡਰੋਪ 'ਤੇ ਸੀਗੇ, ਅਫੀਸ਼ੀਅਲ ਅਨਅਫੀਸ਼ੀਅਲ ਡਰੋਪ ਸੀਗੇ, ਜੇ ਉਹਨਾਂ ਦੀ ਹੁਣ ਦੁਬਾਰਾ ਪੜ੍ਹਾਈ ਸ਼ੁਰੂ ਕਰ ਲਈ ਆ, ਤਾਂ ਇਟਸ ਅ ਬੈਟਰ ਟਾਈਮ, ਤੁਸੀਂ ਅਪਲਾਈ ਕਰ ਸਕਦੇ ਹੋ। ਆਪਦੇ ਡਾਕੂਮੈਂਟਸ ਨਾਲ ਲੈ ਕੇ, ਇਨਫੋਰਮੇਸ਼ਨ ਨਾਲ ਲੈ ਕੇ ਮੈਨੂੰ ਮਿਲੋ, ਆਪਾਂ ਕੰਟੀਨਿਊ ਕਰਾਂਗੇ। ਸੋ ਪਹਿਲਾ ਪਾਸਪੋਰਟ ਆ ਜੀ ਮਨਜੀਤ ਸਿੰਘ ਹੋਣਾ ਦਾ, ਵਿਜ਼ਿਟਰ ਵੀਜ਼ਾ ਸਟੈਂਪ ਹੋ ਕੇ ਆਇਆ ਜੀ 2025 ਤੱਕ, ਇਹਨਾਂ ਦਾ 2025 ਤੱਕ। ਹਰਜੋਤ ਸਿੰਘ ਹੋਣਾ ਦਾ ਵਰਕਰ ਸਟੈਂਪ ਹੋ ਕੇ ਆਇਆ ਜੀ, ਸਿਰਫ ਅਤੇ ਸਿਰਫ ਇਹਨਾਂ ਦਾ 2020 ਦੇ ਥਰਡ ਮੰਥ ਤੱਕ ਜੀ ਵਰਕਰ ਵੀਜ਼ਾ ਸਟੈਂਪ ਹੋ ਕੇ ਆਇਆ ਜੀ ਇਹਨਾਂ ਦਾ, ਸੋਰੀ ਇਹਨਾਂ ਦਾ 2019 ਤੋਂ ਲੈ ਕੇ 2022 ਤੱਕ, ਪਹਿਲਾ ਇਹਨਾਂ ਦਾ ਵੀਜ਼ਾ ਸੀਗਾ ਉਹ, ਹੁਣ ਉਹ ਦੁਬਾਰਾ ਐਕਸਪਾਇਰ ਹੋਇਆ ਸੀ, ਫਿਰ ਇਹਨਾਂ ਨੇ ਦੁਬਾਰਾ ਆ ਕੇ ਓਪਨ ਵਰਕ ਪਰਮਿਟ ਸਾਡੇ ਤੋਂ ਦੁਬਾਰਾ ਫਿਰ ਲਵਾਇਆ, ਉਹ ਸਟੈਂਪ ਹੋ ਕੇ ਆਇਆ ਜੀ। ਸਟੂਡੈਂਟ ਵੀਜ਼ਾ ਜੀ ਨਵਪ੍ਰੀਤ ਕੌਰ ਦਾ 2022 ਦਾ। ਵਿਜ਼ਿਟਰ ਵੀਜ਼ਾ ਜੀ 2028 ਤੱਕ। ਸਟੂਡੈਂਟ ਵੀਜ਼ਾ ਜੀ ਰੁਪਿੰਦਰ ਹੋਣਾ ਦਾ 2021 ਤੱਕ। ਵਿਜ਼ਿਟਰ ਵੀਜ਼ਾ ਪਰਮਿੰਦਰ ਕੌਰ ਹੋਣਾ ਦਾ 2027 ਤੱਕ ਸਟੈਂਪ ਹੋ ਕੇ ਆਇਆ ਜੀ। ਅਰਸ਼ਪ੍ਰੀਤ ਦਾ ਸਟੂਡੈਂਟ ਵੀਜ਼ਾ ਜੀ 2021 ਤੱਕ। ਵਿਜ਼ਿਟਰ ਵੀਜ਼ਾ ਜੀ 2027 ਤੱਕ। ਸਟੂਡੈਂਟ ਆ ਜੀ 2021 ਤੱਕ। ਵਿਜ਼ਿਟਰ ਆ ਜੀ ਮਨਦੀਪ ਕੌਰ ਹੋਣਾ ਦਾ। ਵਰਕਰ ਆ ਜੀ ਗੁਰਪ੍ਰੀਤ ਸਿੰਘ ਹੋਣਾ ਦਾ, ਓਪਨ ਵਰਕ ਪਰਮਿਟ 2021 ਤੱਕ। ਟਵੈਂਟੀ ਟਵੈਂਟੀ ਥ੍ਰੀ ਤੱਕ ਸਟੂਡੈਂਟ ਆ ਜੀ ਜਸਪ੍ਰੀਤ ਕੌਰ ਹੋਣਾ ਦਾ।
2021 तक स्टूडेंट है जी जसवीर कौर होना था। ओपन वर्क परमिट है जी 2021 तक मलकीत सिंह होना था। विजिटर है जी जसवीर कौर होना था 2029 तक। सो एक सक्सैस स्टोरी सीगियाँ। ओपन वर्क परमिट वाले कैंडीडेट जिहड़े जिहड़े ओपन वर्क परमिट अपलाई करना चाहते, इट्स अ बैटर टाइम। तुसी वधिया तरीके की सक्सैस रेशियो चल रही, अज तकरीबन 6 ओपन वर्क परमिट अज रिसीव होए ने। 10 पासपोर्ट कलू, उन्होंने 10 पासपोर्ट सारे के सारे लाइव तुहाडे नाल लैके हाजिर होऊंगा, कलू रिसीव हो जाने ने 3-4 दिनों के इन्नीक अप्रूवल्स ने। सो जिहड़े जिहड़े कैंडीडेट ओपन वर्क परमिट अपलाई करना चाहते हैं, जनवरी सैशन वाले स्टूडेंट प्लीज़ लास्ट मंथ चल रहा है, ऑलमोस्ट सारिया चंगिया इंस्टीट्यूशनस बंद हो चुकिया ने इक्का दुक्का छड़ के। जिन्हें हजे भी लगता है कि जनवरी सैशन अपलाई करना, तो एज सून एज पॉसीबल सानू विजिट करो। सो डायरैक्ट मीट 20th of September फ्राइडे बनता सवेरे 10 बजे तो लैके दोपहर के 1 बजे तक मोगा ऑफिस एंड नाभा ऑफिस आपां ओपन कर चुके हैं। आयल्स विजिटर वीज़ा, स्टूडेंट वीज़ा, ओपन वर्क परमिट या किसी भी होर तरह दी सेवावां लैण दे लई तुसीं सानू उत्थे मिल सकते हो। नाभा ब्रांच की लोकेशन का एड्रेस ते फोन नंबर तुहानू कैप्शन दे विच मिल जाऊगा। इन्ना कहिंदा होया खेमा दा जाचका जी, धन्यवाद।